84 ਤੇ। ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਡਾਲਸ ਟੈਕਸਿਸ ਵੀ ਤੋਂ ਵੀਰ ਜਸਵੀਰ ਸਿੰਘ ਗਰਛਾ ਜੀ ਦੀ ਹੈ। ਇਹ ਲਿਖਦੇ ਹਨ, ਸਰਦਾਰ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦੀਆਂ ਈਮੇਲਾਂ ਦਾ ਜਵਾਬ ਦੇਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੀ ਇਹ ਇੱਕ ਸਲਾਹ ਤੁਹਾਡੇ ਲਈ ਹੈ ਪ੍ਰੋਗਰਾਮ ਪ੍ਰਤੀ, ਤੁਹਾਡੇ ਪ੍ਰੋਗਰਾਮ ਦਾ ਸਮਾਂ ਬੜਾ ਥੋੜ੍ਹਾ ਹੈ, ਜਾਂ ਤਾਂ ਇਸ ਨੂੰ ਵਧਾਓ ਜਾਂ ਫਿਰ ਇਸ ਵਿੱਚ ਸੋਧ ਕਰੋ। ਜਿਵੇਂ ਕਿ ਸੱਚੋ ਸੱਚ ਦੀ ਉਮਰ 1 ਸਾਲ ਤੋਂ ਵੀ ਉੱਪਰ ਹੋ ਗਈ ਹੈ, ਭਾਵ ਤੁਸੀਂ ਵਰਲਡ ਹਿਸਟਰੀ ਬਾਰੇ ਦੱਸ ਰਹੇ ਹੋ, ਉਹ ਹੁਣ ਮੁੜ ਮੁੜ ਕੇ ਉਹੀ ਆਉਣੀ ਹੈ। ਮੇਰੇ ਹਿਸਾਬ ਨਾਲ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਤੇ ਦੂਜਾ, ਜੋ ਤੁਸੀਂ ਪ੍ਰੋਗਰਾਮ ਦੇ ਅੰਤ ਵਿੱਚ ਅੱਜ ਦਾ ਵਿਚਾਰ ਦੱਸ ਰਹੇ ਹੋ, ਉਸ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਮੇਰਾ ਮਤਲਬ ਕੋਈ ਵੀ ਗੁਰਬਾਣੀ 'ਤੇ ਕਿੰਦੂ ਪਰੰਤੂ ਕਰਨ ਦਾ ਨਹੀਂ। ਡਾਕਟਰ ਸਾਹਿਬ ਜੀ, ਗੁਰਬਾਣੀ ਪ੍ਰਚਾਰ ਤਾਂ ਬਹੁਤ ਹੀ ਕਥਾਵਾਚਕ ਕਰ ਹੀ ਰਹੇ ਨੇ। ਅਤੇ ਦੂਜਾ, ਵਰਲਡ ਹਿਸਟਰੀ ਨਾਲ ਕੋਈ ਜਾਗਰਤੀ ਨਹੀਂ ਆਉਣੀ। ਬਾਕੀ ਸਮੇਂ ਦੀ ਜ਼ਰੂਰਤ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਸਮਾਂ ਈਮੇਲਾਂ ਦਾ ਜਵਾਬ ਦੇਣ ਵਿੱਚ ਲਗਾਇਆ ਕਰੋ, ਅਤੇ ਖਾਲਿਸਤਾਨੀ ਪ੍ਰਤੀ ਜੋ ਗਲਤ ਈਮੇਜ ਲੋਕਾਂ ਵਿੱਚ ਬਣ ਗਈ ਹੈ ਉਸ ਨੂੰ ਦੂਰ ਕੀਤਾ ਜਾਵੇ। ਤੁਹਾਡੀਆਂ ਗੱਲਾਂ ਦੇ ਵਿੱਚ ਇੱਕ ਸਪੈਸ਼ਲ ਖਿੱਚ ਹੈ ਜੋ ਕਈ ਕੌਮੀ ਭਗੌੜਿਆਂ ਨੂੰ ਸਿੱਧੇ ਰਾਹੇ ਪਾਉਂਦੀਆਂ ਨੇ। ਜਿਹੜੇ ਕਈ ਜ਼ਿਆਦਾ ਢੀਠ ਹੋਣ ਤਾਂ ਉਹਨਾਂ ਨੂੰ ਸ਼ਰਮਸਾਰ ਜ਼ਰੂਰ ਕਰ ਦਿੰਦੀਆਂ ਨੇ। ਬਾਕੀ ਡਾਕਟਰ ਸਾਹਿਬ ਜੀ, ਮੇਰੀ ਇਸ ਸਲਾਹ ਨੂੰ ਤੁਸੀਂ ਬਾਕੀ ਸੱਚੋ ਸੱਚ ਦੇ ਪ੍ਰੇਮੀਆਂ ਨੂੰ ਵੀ ਜ਼ਰੂਰ ਪੁੱਛ ਲੈਣਾ। ਡਾਕਟਰ ਸਾਹਿਬ ਜੀ, ਇਸ ਈਮੇਲ ਦੇ ਨਾਲ ਤੁਹਾਨੂੰ ਇੱਕ ਕਵਿਤਾ ਵੀ ਭੇਜ ਰਿਹਾ ਹਾਂ। ਭੈਣ ਨੀਲਮ ਕੌਰ ਜੀ ਗਾਉਂਦੇ ਬਹੁਤ ਵਧੀਆ ਨੇ, ਹੋ ਸਕੇ ਤਾਂ ਗਾ ਕੇ ਸੁਣਾਉਣ ਦੀ ਕੋਸ਼ਿਸ਼ ਕਰਨੀ। ਧੰਨਵਾਦ। ਆਪਣੀ ਗਾਇਕੀ ਦਾ ਫਨ ਤੁਸੀਂ ਜ਼ਰਾ ਬਾਅਦ 'ਚ ਦਿਖਾਉਣਾ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਇਹਨਾਂ ਦਾ ਵੀਰ ਜਸਵੀਰ ਸਿੰਘ ਗਰਛਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਨੂੰ ਲੱਗਦਾ ਹੈ ਵੀ ਸਮਾਂ ਥੋੜ੍ਹਾ ਜੀ, ਅਤੇ ਉਹ ਹੁਣ ਸੋਧ ਦੇ ਨਾਂ ਥੱਲੇ ਕਹਿੰਦੇ ਨੇ ਵੀ ਪਹਿਲੇ ਤਾਂ ਵੀ ਕੱਟ ਲਾ ਦਿਓ, ਕੱਟ ਲਾ ਦਿਓ ਜੀ। ਚੰਗੀ ਗੱਲ ਹੈ ਵੀ ਉਹਨਾਂ ਨੇ ਕਿਹਾ ਵੀ ਬਾਕੀ ਸਾਡੇ ਵਿਊਰਸ ਵੀ ਇਸ 'ਤੇ ਵਿਊ ਦੇਣ ਜਾਂ ਸ਼ਰੋਤੇ ਵੀ ਜੀ। ਦੇਖੋ, ਹਰ ਚੀਜ਼ ਦੀ ਜਦੋਂ ਅਸੀਂ ਇਸ ਫਾਰਮੈਟ ਨੂੰ ਬਣਾਇਆ ਤਾਂ ਸਾਡੇ ਸਾਹਮਣੇ ਹਰ ਕਿਸਮ ਦੇ ਦਰਸ਼ਕ ਔਰ ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਲੋੜਾਂ ਨੇ ਵਿਚਾਰਾਂ ਦੇ ਹਵਾਲੇ ਨਾਲ, ਇਹ ਸਾਰਾ ਪਾਰਟ ਸੀ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ 1 ਸਾਲ ਮੁਕੰਮਲ ਕਰ ਲਿਆ, ਔਰ ਜ਼ਾਹਰ ਹੈ ਵੀ ਜਦੋਂ ਅਸੀਂ ਟੂਡੇ ਇਨ ਹਿਸਟਰੀ, ਅੱਜ ਦਾ ਦਿਨ ਇਤਿਹਾਸ, ਭਾਵੇਂ ਉਹ ਸਿੱਖ ਇਤਿਹਾਸ ਹੈ ਭਾਵੇਂ ਵਰਲਡ ਇਤਿਹਾਸ ਹਿਸਟਰੀ ਹੈ ਜੀ, ਅਤੇ ਸਾਲ ਬਾਅਦ ਦਿਨ ਤਾਂ ਉਹੀ ਰਹੇਗਾ, ਇਤਿਹਾਸ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਹੋ ਸਕਦਾ ਵੀ ਉਹੀ ਘਟਨਾਵਾਂ ਦੁਹਰਾਈਆਂ ਜਾਣ ਜੀ। ਦੇਖੋ, ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਡੇ ਨੂੰ ਪਤਾ ਹੋਣਾ ਕਿ ਕੋਈ ਚੀਜ਼ ਖਲਾਅ ਦੇ ਵਿੱਚ ਤਾਂ ਐਗਜ਼ਿਸਟ ਨਹੀਂ ਕਰਦੀ। ਜੇ ਸਿੱਖ ਧਰਮ 5.5 ਸਦੀਆਂ ਪਹਿਲਾਂ ਆਇਆ, ਉਸ ਵੇਲੇ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਸੀ? ਜਿੱਦਣ ਗੁਰੂ ਨਾਨਕ ਸਾਹਿਬ ਨੇ ਪਹਿਲਾ ਸੁਨੇਹਾ ਦਿੱਤਾ, ਨਾ ਕੋ ਹਿੰਦੂ ਨਾ ਮੁਸਲਮਾਨ, ਯੂਰਪ 'ਚ ਕੀ ਹੋ ਰਿਹਾ ਸੀ, ਸਾਊਥ ਅਮੈਰੀਕਾ 'ਚ ਕੀ ਹੋ ਰਿਹਾ ਸੀ, ਏਸ਼ੀਆ 'ਚ ਕੀ ਹੋ ਰਿਹਾ ਸੀ ਜੀ, ਔਰ ਨਾਲ ਲੱਗਦੇ ਸੈਂਟਰਲ ਏਸ਼ੀਆ 'ਚ ਕੀ ਹੋ ਰਿਹਾ ਸੀ। ਸੋ ਅਸੀਂ ਜਦੋਂ ਹੁਣ ਇਹਨੂੰ ਲਿਆਉਂਦੇ ਹਾਂ, ਕਿਉਂਕਿ ਜਿਹੜੇ ਪਹਿਲੇ ਸਾਲ ਦੇ ਹਿਸਟਰੀ ਦੇ ਨੋਟਸ ਨੇ ਉਹ ਉੱਥੇ ਹੀ ਪਏ ਨੇ, ਮੈਂ ਉਹਨਾਂ ਨੂੰ ਕਦੇ ਟੱਚ ਨਹੀਂ ਕੀਤਾ, ਉਹਨਾਂ ਨੂੰ ਮੈਂ ਰੀਸਰਚ ਕਰਦਾ ਇਹ ਦੇਖਣ ਦੇ ਲਈ ਕਿ ਵੀ ਜਿਹੜੀ ਗੱਲ ਸਾਲ ਪਹਿਲਾਂ, ਕੁਛ ਤਾਂ ਘਟਨਾਵਾਂ ਨੇ ਇਤਿਹਾਸਕ ਦਿਨ, ਜਿਵੇਂ ਸਾਡੇ ਨਾਨਕਸ਼ਾਹੀ ਕੈਲੰਡਰ ਦਿਨ ਜੀ, ਹੁਣ ਉਹੀ ਦਿਨ ਹੁੰਦੇ ਨੇ, ਸਾਲ ਬਾਅਦ ਉਹ ਆਉਂਦੇ ਨੇ, ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਵਸ ਵੀ ਨੇ, ਜੋਤੀ ਜੋਤ ਸਮਾਣ ਦੇ ਵੀ ਨੇ, ਇਤਿਹਾਸਕ ਦਿਨ ਵੀ ਨੇ, ਅਸੀਂ ਕਿਉਂ ਮਨਾਉਂਦੇ ਜੀ? ਅਸੀਂ 1 ਸਾਲ ਤਾਂ ਮਨਾ ਲਏ, ਫਿਰ ਉਹਨਾਂ ਦੀ ਚਰਚਾ, ਉਹੀ ਕਹਾਣੀਆਂ, ਉਹੀ ਇਤਿਹਾਸ ਅਸੀਂ ਗੁਰਦੁਆਰਿਆਂ 'ਚ ਜਾ ਕੇ ਸੁਣਦੇ ਜੀ, ਵਾਰ ਵਾਰ ਸੁਣਦੇ, ਔਰ ਹਰ ਜਨਰੇਸ਼ਨ ਵਾਲੇ ਸੁਣਦੇ ਨੇ। ਜਿਹੜਾ ਸਾਲ ਪਹਿਲਾਂ ਜਿਹਨੇ ਸੁਣਿਆ, ਹੋ ਸਕਦਾ ਉਹਨਾਂ 'ਚੋਂ ਅੱਧੇ ਦੁਨੀਆਂ ਤੋਂ ਚਲੇ ਗਏ, ਅੱਧੇ ਨਵੇਂ ਦੁਨੀਆਂ 'ਤੇ ਆ ਗਏ ਜੀ, ਔਰ ਉਹਨਾਂ ਦੇ ਲਈ ਉਹ ਅਹਿਮ ਰੱਖਦਾ। ਸੋ ਇਤਿਹਾਸ ਜਾਂ ਹਿਸਟਰੀ ਕਦੇ ਪੁਰਾਣੀ ਨਹੀਂ ਹੁੰਦੀ। ਜਿਵੇਂ ਅਧਿਆਤਮ ਦਾ ਮੈਸੇਜ ਗੁਰਬਾਣੀ ਹੈ, ਅਸੀਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਹਾਂ, ਰਹਿਰਾਸ ਪੜ੍ਹਦੇ ਜੀ, ਲੇਕਿਨ ਕਈ ਵਾਰ ਤੁਸੀਂ 50 ਸਾਲ ਪੜ੍ਹਦੇ ਰਹੋ ਅਤੇ ਜਿੰਨਾ 50 ਸਾਲ ਬਾਅਦ ਤੁਹਾਨੂੰ ਉਹਦੇ ਕਈ ਅਰਥ ਭਾਵ ਸਮਝ ਆਉਂਦੇ ਨੇ, ਉਸ ਵਿਚਲੀ ਭਾਵਨਾ ਸਮਝ ਆਉਂਦੀ ਹੈ, ਤੁਹਾਨੂੰ ਲੱਗਦਾ ਵੀ 50 ਸਾਲ ਪਹਿਲਾਂ ਮੈਨੂੰ ਇਹ ਗੱਲ ਕਿਉਂ ਨਹੀਂ ਸਮਝ ਆਈ ਜੀ। ਬਿਲਕੁਲ ਇਸੇ ਤਰ੍ਹਾਂ ਹਿਸਟਰੀ ਹੈ, ਵਰਲਡ ਹਿਸਟਰੀ। ਉਹ ਕਹਿੰਦੇ ਨੇ ਜੀ ਇਹਦੇ ਨਾਲ ਕੋਈ ਜਾਗ੍ਰਿਤੀ ਤਾਂ ਆਉਣੀ ਨਹੀਂ, ਉਹ ਭਾਈ ਜਾਗ੍ਰਿਤੀ ਵਰਲਡ ਹਿਸਟਰੀ ਨਾਲ ਆਉਂਦੀ ਹੈ। ਜਦੋਂ ਤੁਸੀਂ ਇਹ ਦੇਖਦੇ ਹੋ ਕਿ ਸਾਡੀ ਕੌਮ ਜਿਹੜੀ ਇੱਕ ਆਜ਼ਾਦ ਖਾਲਸਾ ਪੰਥ ਦੇ ਤੌਰ 'ਤੇ 3 ਸਦੀਆਂ ਪਹਿਲਾਂ ਕੌਮ, ਜਿਸ ਦੇ ਪਿਤਾ ਮਾਤਾ ਔਰ ਜਿਸ ਦੇ ਜ਼ਿੰਮੇ ਹੀ ਖਾਲਸਾ ਬਾਦਸ਼ਾਹ ਜਾਂ ਬਾਗੀ ਜੀ, ਇਹ ਫਰਜ਼ ਸੀ
ਅੱਜ ਦੁਨੀਆ ਕਿੱਥੇ ਪਹੁੰਚ ਗਈ 21ਵੀਂ ਸਦੀ 'ਚ, ਅਸੀਂ ਕਿੱਥੇ ਖੜੇ। ਸੋ ਜ਼ਾਹਰ ਹੈ ਵੀ ਅਸੀਂ ਅਹਿਮੀਅਤ ਦਿੰਦੇ ਹਾਂ ਈਮੇਲਸ, ਕਿਉਂਕਿ ਓਰੀਜਨਲ ਥਾਟ ਨੇ, ਬਹੁਤ ਸਾਰਿਆਂ ਦੇ ਸਵਾਲ ਨੇ, ਸ਼ੰਕੇ ਨੇ, ਅਸੀਂ ਹੁਣ ਉਹਨਾਂ 'ਚੋਂ ਐਡਿਟ ਵੀ ਕਰ ਦਿੰਦੇ ਹਾਂ, ਕਈਆਂ ਨੂੰ ਅਸੀਂ ਐਲੀਮੀਨੇਟ ਵੀ ਨਹੀਂ ਵੀ ਦੂਸਰੀ ਤੀਸਰੀ ਈਮੇਲ, ਕਿਉਂਕਿ ਉਹੀ ਸਵਾਲ ਕਿਸੇ ਹੋਰ ਨੇ ਪੁੱਛਿਆ ਹੁੰਦਾ, ਉਦੋਂ ਅਸੀਂ ਵਕਤ ਜਿਹੜਾ ਉਹ ਬਚਾਉਣ ਦੀ ਕੋਸ਼ਿਸ਼ ਕਰਦੇ। ਪਰ ਸਾਡਾ ਹਿਸਟਰੀ ਸੈਕਸ਼ਨ ਤਾਂ ਕਈ ਵਾਰ 8 ਮਿੰਟ ਤੋਂ ਵੀ ਜ਼ਿਆਦਾ ਨਹੀਂ ਹੁੰਦਾ ਜੀ ਜੀ, ਕੋਈ ਖਾਸ ਦਿਨ ਹੋਏ ਉਹ ਵੱਖਰੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਪਾਰਟ ਦੀ ਆਪਣੀ ਅਹਿਮੀਅਤ ਹੈ, ਔਰ ਇਸੇ ਤਰ੍ਹਾਂ ਅਧਿਆਤਮ, ਬੇਸ਼ੱਕ ਕਥਾਵਾਚਕ ਨੇ, ਕੀਰਤਨੀਏ ਨੇ, ਇਹਦੇ 'ਚ ਕੋਈ ਅਸੀਂ ਕਦੇ ਕਲੇਮ ਵੀ ਨਹੀਂ ਕੀਤਾ ਵੀ ਅਸੀਂ ਧਾਰਮਿਕ ਸਕਾਲਰ ਹੈ, ਉਸ ਦੇ ਲਈ ਕੋਈ ਸਾਡੀ ਟ੍ਰੇਨਿੰਗ ਨਹੀਂ ਹੈ ਕਿਸੇ ਖਾਸ ਸੰਸਥਾ ਦੀ। ਪਰ ਜਦੋਂ ਅਸੀਂ ਅਲੱਗ ਅਲੱਗ ਜਿਹੜੇ ਅਧਿਆਤਮਿਕ ਸਾਧਨ ਨੇ ਉਹਨਾਂ ਦੇ ਵਿੱਚ ਗੁਰਬਾਣੀ ਸਾਡਾ ਪ੍ਰਾਇਮਰੀ ਬੇਸ ਹੈ, ਭਾਈ ਗੁਰਦਾਸ ਨੇ, ਭਾਈ ਨੰਦ ਲਾਲ ਨੇ, ਜਾਂ ਈਵਨ ਲਹਿੰਦੇ ਪੰਜਾਬ ਦੇ ਅਸੀਂ ਕਵੀਆਂ 'ਚੋਂ ਚੁਣਦੇ। ਸੋ ਸਾਡਾ ਮਕਸਦ ਇੱਕ ਪਾਸੇ ਗੁਰਬਾਣੀ ਦੇ ਆਧਾਰ ਦੇ ਉੱਤੇ ਆਪਣੀ ਗੱਲ ਨੂੰ ਕਰਨਾ ਵੀ ਹੁੰਦਾ ਅਧਿਆਤਮ ਦੀ ਦੁਨੀਆ ਦੀ, ਲੇਕਿਨ ਉਹਦੇ 'ਚ ਵੀ ਜੇ ਜਿਨ੍ਹਾਂ ਨੇ ਵੀ ਧਿਆਨ ਦੇ ਨਾਲ ਉਸ ਸਾਰਿਆਂ ਨੂੰ ਸੁਣਿਆ ਹੋਊ, ਉਹਦੀ ਇੰਟਰਪ੍ਰੀਟੇਸ਼ਨ ਵੱਖਰੀ ਹੁੰਦੀ ਹੈ। ਕਥਾਵਾਚਕ ਤਾਂ ਤੁਹਾਨੂੰ ਜਿੰਨਾ ਕੁ ਸੁਣਾਉਂਦੇ ਨੇ, ਉਹ ਜਿਹੜੇ ਬੜੇ ਪੰਥ ਪ੍ਰਵੀਨ ਕਥਾਵਾਚਕ ਵੀ ਸੀ ਅੱਜ ਤੋਂ 4 ਸਾਲ ਪਹਿਲਾਂ, ਜਿਨ੍ਹਾਂ ਨੂੰ ਸਮਝਦੇ ਸੀ ਅਸੀਂ ਕਿ ਇਹਨਾਂ 'ਚੋਂ ਹੋਪ ਨਿਕਲੇਗੀ, ਉਹ ਤਾਂ ਬਾਦਲ ਦੇ ਗੁਣ ਗਾਉਂਦੇ ਨੇ ਜੀ, ਜਾਂ ਉਹਨਾਂ 'ਚੋਂ ਉਹ ਲੋਕ ਆ ਗਏ ਜਿਹੜੇ ਹਿੰਦੂ ਮਿਥਿਹਾਸ ਦੇ ਥੱਲੇ ਕਰਦੇ ਨੇ। ਸੋ ਸਾਡਾ ਇਹ ਯਤਨ ਹੁੰਦਾ ਕਿ ਅਸੀਂ ਗੁਰਬਾਣੀ ਦੀ ਸਪਿਰਿਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਮੁਤਾਬਕ ਕਹਿਣ ਦਾ ਯਤਨ ਕਰਦੇ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਹੀ ਸਾਡੇ ਜਿਹੜੇ ਸੈਗਮੈਂਟ ਨੇ, ਇਤਿਹਾਸ ਔਰ ਅਧਿਆਤਮ, ਇਹ ਇਨਸੈਪਰੇਬਲ ਪਾਰਟ ਨੇ। ਪਰ ਇਹ ਮੈਂ ਜ਼ਰੂਰ ਸੋਚਦਾ ਹਾਂ ਵੀ ਕੁਛ ਨਵਾਂਪਨ ਕੀਤਾ ਜਾਏ, ਕੋਈ ਕਰੰਟ ਉਹਦੇ 'ਚ ਅਸੀਂ ਦੇਖਾਂਗੇ ਕਿ ਜੇ ਅਸੀਂ ਕੋਈ ਹੋਰ ਸੈਗਮੈਂਟ ਇਹ ਸਾਰੇ ਦੇ ਵਿੱਚ ਜਿਹਦੇ ਥੱਲੇ ਜਿਵੇਂ ਅਸੀਂ ਕਿਹਾ ਵੀ ਅਸੀਂ ਐਡਿਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਈਮੇਲਸ, ਕੁਛ ਜਿਹੜੀਆਂ ਨੇ ਅਸੀਂ ਨਹੀਂ ਵੀ ਪੜ੍ਹਦੇ ਜਿਹਦੇ 'ਚ ਕਿ ਸਵਾਲ ਰਿਪੀਟ ਹੋਏ ਹੁੰਦੇ ਨੇ ਜੀ। ਔਰ ਮੇਰਾ ਖਿਆਲ ਹੈ ਇਹੀ ਉਹਨਾਂ ਦਾ ਸੀ ਕਿ ਵੀ ਸਮਾਂ ਥੋੜ੍ਹਾ ਹੁੰਦਾ ਹੈ, ਉਹਨਾਂ ਨੇ ਬਾਕੀ ਕਿਹਾ ਕਿ ਜੀ ਤੁਹਾਡੇ ਕਹਿਣ 'ਚ ਖਿੱਚ ਹੈ ਜੀ, ਔਰ ਜਿਹੜੇ ਭਗੌੜੇ ਨੇ ਉਹਨਾਂ ਲਈ ਸ਼ਰਮਸਾਰੀ ਹੈ। ਚਲੋ ਮੰਨ ਲੈਂਦੇ ਹਾਂ ਕਿ ਭਾਈ ਉਹ ਸ਼ਰਮਸਾਰ ਹੁੰਦੇ ਹੋਣਗੇ, ਬਟ ਬੇਸ਼ਰਮਾਂ ਨੂੰ ਤੁਸੀਂ ਕੀ ਸ਼ਰਮ ਦੇ ਸਕਦੇ ਹੋ, ਇੱਕ ਨਸਲ ਉਹ ਹੈ। ਸੋ ਸਾਡਾ ਤਾਂ ਮੁੱਖ ਮਕਸਦ ਆਪਣੇ ਗੁਰੂ ਪਿਆਰਿਆਂ ਦੇ ਨਾਲ, ਪੰਥ ਨੂੰ ਪਿਆਰ ਕਰਨ ਵਾਲੇ, ਔਰ ਅੱਜ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਇਕੱਲੇ ਸਿੱਖ ਦਾਇਰੇ 'ਚ ਨਹੀਂ, ਸਾਡੇ ਮੁਸਲਮਾਨ ਵੀਰ ਔਰ ਕੁਛ ਸਾਡੇ ਜਿਹੜੇ ਇਮਾਨਦਾਰੀ ਦੇ ਨਾਲ ਮਹਿਸੂਸ ਕਰਦੇ ਨੇ ਵੀ ਸਿੱਖਾਂ ਦੇ ਨਾਲ ਧੱਕਾ ਹੋਇਆ, ਖਾਲਿਸਤਾਨ ਹੀ ਹੱਲ ਹੈ, ਉਹ ਵੀ ਸਾਡੇ ਨਾਲ ਜੁੜ ਰਹੇ ਨੇ। ਸੋ ਉਹਨਾਂ ਤੱਕ ਵੀ ਸਾਡਾ ਸੁਨੇਹਾ ਹੁੰਦਾ ਹੈ ਜੀ ਜੀ। ਤੇ ਹੁਣ ਮੇਰਾ ਖਿਆਲ ਹੈ ਵੀ ਤੁਸੀਂ ਆਈ ਟ੍ਰਾਈ ਮਾਈ ਬੈਸਟ ਆਪਣਾ ਜਿਹੜਾ ਗਾਇਕੀ ਦਾ ਜਲਵਾ ਦਿਖਾਓ ਜੀ ਜੀ। ਡਾਕਟਰ ਸਾਹਿਬ ਜ਼ਰੂਰ, ਸਿੰਘ ਗੁਰੂ ਦੇ ਹੱਕ ਲਈ ਲੜਦੇ ਆਖਰੀ ਦਮ ਤੱਕ ਲੜ ਸਕਦੇ, ਖਾਲਿਸਤਾਨ ਦੇ ਨਾਮ ਦੀ ਚਰਚਾ ਕਦੇ ਗਦਾਰ ਨਹੀਂ ਕਰ ਸਕਦੇ, ਜਿਵੇਂ ਸ਼ੇਰਾਂ ਦਾ ਚੁਣ ਨਹੀਂ ਹੁੰਦਾ ਪੀੜ ਚੰਗੇ ਲੋਕਾਂ ਦੀ, ਖਾਲਿਸਤਾਨ ਨੂੰ ਟਾਲ ਲਾਉਂਦੀਆਂ ਕਾਟਾਂ ਲੀਡਰ ਜੋਕਾਂ ਦੀ, ਸ਼ੇਰ ਤੇ ਬਾਜ ਆਜ਼ਾਦੀ ਦੇ ਲਈ ਕਦੇ ਜੱਗ ਤੇ ਮਰ ਸਕਦੇ, ਖਾਲਿਸਤਾਨ ਦੇ ਨਾਮ ਦੀ ਚਰਚਾ ਕਦੇ ਗਦਾਰ ਨਹੀਂ ਕਰ ਸਕਦੇ, ਨਾਮ ਵੱਡਾ ਹੈ ਖਾਲਿਸਤਾਨ ਦਾ, ਖਾਲਸ ਇਹੀ ਲੈ ਸਕਦਾ, ਜੜਾ ਬਾਗੀ ਉਹੀ ਖਾਲਸਾ, ਜ਼ੁਲਮ ਕਦੇ ਨਹੀਂ ਸਹਿ ਸਕਦਾ, ਖਾਲਿਸਤਾਨੀ ਗੁਰੂ ਦੇ ਲਾਲ ਨੇ ਤੋਪਾਂ ਮੋਹਰੇ ਖੜ ਸਕਦੇ, ਖਾਲਿਸਤਾਨ ਦੇ ਨਾਮ ਦੀ ਚਰਚਾ ਕਦੇ ਗਦਾਰ ਨਹੀਂ ਕਰ ਸਕਦੇ, ਅਕਾਲ ਤਖ਼ਤ ਤੋਂ ਸਨ 86 ਖਾਲਿਸਤਾਨੀ ਅਲਾਨਿਆ ਏ, ਦੇਣ ਹਾਰ ਉਹ ਗੁਰੂ ਦਾ ਹੋਣਾ ਜੋ ਨਾ ਇਸ ਨੂੰ ਮਾਨਿਆ ਏ, ਇਕੱਲੇ ਖਾਲਸੇ ਜੱਗ ਦੇ ਉੱਤੇ ਜ਼ਾਲਮ ਮੋਹਰੇ ਅੜ ਸਕਦੇ, ਖਾਲਿਸਤਾਨ ਦੇ ਨਾਮ ਦੀ ਚਰਚਾ ਕਦੇ ਗਦਾਰ ਨਹੀਂ ਕਰ ਸਕਦੇ, ਮੁਗਲਾਂ ਤੋਂ ਵੀ ਜ਼ਾਲਮ ਨਿਕਲਿਆ ਹਿੰਦੂ ਹਿੰਦੁਸਤਾਨੀ ਜੀ, ਖਾਲਸੇ ਉੱਤੇ ਜ਼ੁਲਮ ਮਿਟਾਉਂਦਾ ਆਖਦਾ ਖਾਲਿਸਤਾਨੀ ਜੀ, ਚੀਰੇ ਗਰਚੇ ਹੱਕ ਦੀ ਖਾਤਰ ਸਿੰਘ ਨੂੰ ਸੂਲੀ ਚੜ੍ਹ ਸਕਦੇ, ਖਾਲਿਸਤਾਨ ਦੇ ਨਾਮ ਦੀ ਚਰਚਾ ਕਦੇ ਗਦਾਰ ਨਹੀਂ ਕਰ ਸਕਦੇ। ਲਿਖਤ ਬਹੁਤ ਸੋਹਣੀ ਹੈ ਉਹਨਾਂ ਦੀ, ਪਰ ਤੁਸੀਂ ਵੀਕਐਂਡ ਤੇ ਪ੍ਰੈਕਟਿਸ ਨਹੀਂ ਕੀਤੀ ਲੱਗਦੀ, ਹਾਂਜੀ ਹਾਂਜੀ, ਲੇਕਿਨ ਫਿਰ ਵੀ ਤੁਸੀਂ ਕੋਸ਼ਿਸ਼ ਕੀਤੀ ਗਾਉਣ ਦੀ। ਜਸਪੀਰ ਸਿੰਘ ਗਰਚਾ ਬਹੁਤ ਸੋਹਣਾ ਲਿਖਦੇ ਨੇ ਜੀ, ਬੜੀ ਬੈਲੈਂਸ ਲਿਖਤ ਹੈ, ਔਰ ਅਸੀਂ ਐਪਰੀਸ਼ੀਏਟ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਸਾਡੇ ਦਰਸ਼ਕਾਂ ਦੇ ਵਿਚਾਰਾਂ ਉੱਪਰ ਪਾਈ, ਅਤੇ ਹੁਣ ਅਸੀਂ ਲੈਂਦੇ ਹਾਂ ਬ੍ਰੇਕ। ਵਿਊਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।